ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ 'ਚ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਮੱਖਣ ਮਿੰਡੀ, ਤਹਿਸੀਲ ਅੰਮ੍ਰਿਤਸਰ ਅਤੇ ਜ਼ਿਲ੍ਹਾ ਵੀ ਅੰਮ੍ਰਿਤਸਰ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਗਾਵਾਂ ਦਿਖਾਉਣੀਆਂ ਅਤੇ 3 ਗੱਭਣਾਂ ਦਿਖਾਉਣੀਆਂ ਵਾ, ਚੰਗੇ ਦੁੱਧ ਵਾਲੀਆਂ ਗਾਵਾਂ ਤੁਹਾਨੂੰ ਦਿਖਾਵਾਂਗੇ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾ ਠੀਕ ਠਾਕ ਜੀ? ਹਾਂਜੀ ਹਾਂਜੀ ਠੀਕ ਹੈ। ਚਲੋ ਵਧੀਆ ਜੀ, ਤਾਂ ਵਿਕ ਗਿਆ ਪਹਿਲਾਂ ਮਾਲ ਸਾਰਾ? ਫਿਰ ਪਹਿਲਾਂ ਸਾਰਾ ਨਿਕਲ ਗਿਆ। ਠੀਕ ਹੈ, 3 ਫਿਰ ਗੱਭਣਾ ਹੀ ਆ? 3 ਗੱਭਣਾ ਆਪਣੇ। ਠੀਕ ਹੈ, ਚਲੋ ਨਾਮ ਦੱਸ ਦੇ ਕਰੀ ਆਪਣਾ। ਨਾਮ ਆਪਣਾ ਮਨਜੀਤ ਸਿੰਘ, ਪਿੰਡ ਮੱਖਣ ਮੁੰਡੀ, ਪੱਤੀ ਭਾਗੋਵਾਲ, ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਅੰਮ੍ਰਿਤਸਰ ਹੈ। ਅਤੇ ਲਾਗੇ ਨਵਾਂ ਪਿੰਡ ਅੱਡਾ ਲੱਗਦਾ? ਅੱਡਾ ਪੈਂਦਾ ਜੇਠੂ ਵਾਲੇ, ਪੈਂਦਾ ਜੇਠੂ ਪਿੰਡ ਵਿੱਚ, ਕਹੇ ਪਿੰਡ ਪੈਂਦਾ। ਠੀਕ ਹੈ, ਭਾਵੇਂ ਕੋਈ ਬਟਾਲੇ ਰੋਡ ਥਾਣੀ ਆ ਜੇ ਅਤੇ ਭਾਵੇਂ ਕੋਈ ਮਹਿਤਾ ਰੋਡ ਥਾਣੀ ਆ ਜੇ। ਠੀਕ ਹੈ, ਅਤੇ ਜ਼ਿਲ੍ਹਾ ਆਪਣਾ ਅੰਮ੍ਰਿਤਸਰ? ਅਤੇ ਫੋਨ ਨੰਬਰ ਵੀ ਇੱਕ ਵਾਰੀ ਬੋਲੀ ਦਾ? 9797152246। ਠੀਕ ਹੈ ਜੀ, ਚਲੋ ਸ਼ੁਰੂਆਤ ਫਿਰ ਆਪਾਂ ਜਿਹੜੀ ਆ ਇੱਧਰੋਂ ਪਹਿਲੇ ਨੰਬਰ 'ਤੇ ਆ, ਇੱਕ ਵਾਰੀ ਥਣ ਦਿਖਾ ਦਈਏ ਅਤੇ ਆਪਾਂ ਲਾਗੇ ਤੋਂ। ਥਣ ਬੜਾ ਪਿਆਰਾ ਵਾ, ਦੇਖੋ ਬਹੁਤ ਸਫਾਈਆਂ ਅਤੇ ਹੈਗੀ ਵੀ ਠੰਡੀ ਧੀਰੀ ਆ ਜਿਹੜੀ, ਬਾਕੀ ਮਿਲਕ ਮੇਨ ਵੀ ਚੰਗੀ ਲੱਗੀ ਆ। ਸੂਆ ਕਿਨਵਾਂ ਸੋਨਾ ਵੀਰ ਜੀ ਨੇ? ਦੂਜਾ ਸੂਆ ਸੋਨਾ ਜੀ। ਅਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ? 30 ਲੀਟਰ ਦੁੱਧ ਚਵਾਊਗੀ। ਅੱਛਾ, ਹਾਂਜੀ 30 ਚਵਾ ਜੂਗੀ? ਚਵਾ ਜੂਗੀ ਜੀ। ਠੀਕ ਹੈ, ਚਲੋ ਤੋਰੋ ਹਾਂ ਇੱਕ ਵਾਰੀ, ਬਾਕੀ ਕੋਈ ਵੀਰ ਆਪਣੀ ਸਮਝ ਨਾ ਵੇਖ ਲੇ, ਆਪਣੀ ਵੇਖ ਚਾਖ ਕੇ ਖੜੇ। ਉਤਰਾ ਇਹ ਆ ਕਿ ਸਾਂਭੀ ਸੁੰਭੀ ਚੰਗੀ ਆ, ਆਈ ਕਿਸੇ ਚੰਗੇ ਘਰੋਂ ਆ, ਅਜੇ ਤਿਆਰ ਹੋਣੀ ਆ ਜਿਹੜੀ ਹੈ। ਲੈ ਆ ਵੀਰ ਜੀ, ਸਤਾਈ ਤਰੀਕ ਨੂੰ ਦਿਨ ਪੂਰੇ ਹੁੰਦੇ ਆ, ਹਜੇ ਮਤਲਬ 10 ਦਿਨ ਸੂਨ 'ਚ ਖੜਦੀ ਆ, ਦਿਨਾਂ ਦੇ ਹਿਸਾਬ ਦੇ ਨਾਲ ਪੂਰੀ ਤਿਆਰ ਹੋਣੀ ਆ। ਜੇ ਹੁਣ ਵੀ ਥੱਲੇ ਫਸੀ ਆ ਪੂਰੀ, ਪਰ ਚੰਗੀ ਤਿਆਰ ਹੋਣੀ ਹੈ ਸੂਨ ਤੱਕ। ਠੀਕ ਹੈ, ਤਰੀਕਾ ਤਰੁਕਾ ਕਹਿੰਦੇ ਵੇਖ ਕੇ ਲਿਆਂਦੀਆਂ, ਹੈਗੀ ਵੀ ਰਾਜੀ ਆ ਪੂਰੀ, ਅਤੇ ਸ਼ਾਈਨ ਵੀ ਪੌੜੀ ਦੀ ਬੜੀ ਪਿਆਰੀ ਹੈ। ਅਤੇ ਇਹਦਾ ਮੁੱਲ ਵੀਰ ਜੀ? ਫਿਰ ਮੁੱਲ ਕਰਦੇ 65,000 ਰੁਪਈਆ। 65,000 ਕਰਨਾ ਵਿੱਚ ਮਾਨ? ਹਾਂਜੀ ਮਾਨ ਕਰ ਦਿਓ। ਕਿੰਨਾ ਕਰ ਦੋਗੇ? 2 ਕਰ ਦਿਓ। 2, ਚਲੋ 1,000 ਹੋਰ ਕਰ ਦਿਓ ਫਿਰ, 62 ਦੀ ਜਾਣ ਦਿਓ ਪੂਰੇ ਦੀ। ਠੀਕ ਹੈ ਜੀ, ਠੀਕ ਹੈ। ਬਾਕੀ ਕੋਈ ਵੀਰ ਫੋਨ ਲਾਵੇ, ਮਾਨ ਤਨ ਮੌਕੇ ਤੇ ਠੰਡੀ ਧੀਰੀ ਹੈ, ਜਿੱਦਾਂ ਮਰਜ਼ੀ ਸਫਾਈਆਂ। ਦੇਖੋ ਹੈਗੀ ਜਿਹੜੀ ਕਰੋਸ 'ਚ ਆ, ਇਹ ਆ ਕਿ ਦੁੱਧ ਚੰਗਾ ਚਵਾਈ ਜਾਊਗੀ, ਚੰਗੀ ਫੈਟ ਵਾਲਾ। ਹਾਂਜੀ, ਅਤੇ ਹੁਣ ਜਿਹੜੀ ਆ ਦੂਸਰੇ ਨੰਬਰ 'ਤੇ ਆ, ਇਹ ਥੋੜ੍ਹੀ ਕੱਚੀ ਆ, ਬਾਕੀ ਕੱਦ ਕਾਠ ਇਹਦਾ ਵੀ ਚੰਗਾ ਵਾ। ਇਹ ਕਿੰਨਾ ਲੈ ਜਾਓ ਵੀਰ ਜੀ ਟਾਈਮ? 20 ਦਿਨ ਕਹਿੰਦੇ ਕਿ ਜਿਹਨੇ ਖੜਨੇ ਆ, ਬਾਕੀ ਥੱਲਿਓਂ ਭਰਨੀ ਸ਼ੁਰੂ ਹੋ ਗਈ ਆ। ਲੈ ਜਾਓ, ਥੋੜ੍ਹਾ ਜਿਹਾ ਭਾਈਦੀ ਆ। ਕਈ ਵਾਰੀ ਪਸ਼ੂ ਜਿਹੜਾ ਵਾ ਨਵੇਂ ਬੰਦੇ ਤੋਂ ਡਰ ਵੀ ਜਾਂਦਾ। ਉਤਰਾ ਇਹ ਹੈ ਕਿ ਕੱਦ ਕਾਠ ਦੀ ਬੋਡੀ ਸਟਰਕਚਰ ਦੀ ਜਿਹੜੀ ਹੈ ਠੀਕ ਆ। ਥਣ ਇਹਦੇ ਵੀ ਤੁਹਾਨੂੰ ਲੱਗ ਗਏ ਤਾਂ ਦਿਖਾ ਦਈਏ, ਹਾਂ ਦੇਖ ਸਕਦੇ ਜੀ। ਅਤੇ ਇਹ ਵੀਰ ਜੀ ਕਿੰਨਾ ਕੁ ਦੁੱਧ ਚਵਾਈ ਜਾਊਗੀ? ਦੁੱਧ ਵੀਰ ਜੀ 20 ਲੀਟਰ ਚਵਾਊਗੀ ਬੱਚੀ। ਅੱਛਾ, ਹਾਂਜੀ 20 ਚਵਾ ਜੂਗੀ? ਹਾਂਜੀ ਹਾਂਜੀ। ਅਤੇ ਇਹਦਾ ਮੁੱਲ? ਮੁੱਲ 33,000 ਰੁਪਏ ਕਰਦੇ। 33,000 ਹਾਂਜੀ, ਵਿੱਚ ਹੋ ਜੂ ਛੋਟ ਛਾੜ? ਹਾਂਜੀ ਮਾਨ ਤਨ ਕਰਦੇ ਹਾਂ। ਠੀਕ ਹੈ, ਬਾਕੀ ਇਹ ਹੈ ਕਿ ਇਹਦਾ ਹੁਣ ਦਾ ਮੁੱਲ ਆ, ਜਿਹੜਾ ਕੋਈ ਸਾਂਭ ਕਰ ਲੂਗਾ ਤਾਂ ਫਿਰ। ਠੀਕ ਹੈ ਜੀ, ਹੁਣ ਆ ਗਈ ਆ ਆਪਣੇ ਕੋਲ ਤੀਸਰੇ ਨੰਬਰ 'ਤੇ ਥਣ, ਇਹਦੇ ਵੀ ਤੁਹਾਨੂੰ ਲੱਗ ਗਏ ਤਾਂ ਦਿਖਾ ਦਈਏ। ਕਾਫੀ ਹਵਾਨੇ 'ਤੇ ਨਾੜਾਂ ਜਿਹੜੀਆਂ ਚੰਗੀਆਂ ਵਾ, ਅਤੇ ਥਣਾਂ ਦਾ ਗੈਪ ਵੀ ਜਿਹੜਾ ਚੰਗਾ ਹੈ। ਸਾਂਭੀ ਸੁੰਭੀ ਇਹ ਵੀ ਕਿਸੇ ਵੀਰ ਨੇ ਚੰਗੀ ਰੀਝਣਾ ਵਾ, ਹਾਂ ਦੇਖ ਸਕਦੇ ਜੀ। ਕੁਛ ਕੁਛ ਭਲਾ ਵੀ ਅਜੇ ਹਵਾਨੇ 'ਤੇ ਹੈਗੀਆਂ ਵਾ। ਲਿਆ ਵੀਰ ਜੀ, ਬੋਡੀ ਸਟਰਕਚਰ ਜਿਹੜਾ ਇਹਦਾ ਵੀ ਚੰਗਾ, ਪੂਰੀਆਂ ਪਲੀਆਂ ਪੁਲੀਆਂ ਵੈੜਾਂ ਵਾ ਜਿਹੜੀਆਂ ਦੇਖ ਸਕਦੇ, ਹਾਈਟ ਲੈਂਥ ਪੱਖੋਂ ਚੰਗੀਆਂ। ਇਹਦੇ ਕੁਛ ਭਾਲ ਪਈ ਆ,
ਤੇ ਉਸ ਤਰ੍ਹਾਂ ਵੀਰ ਜੀ ਤੁਹਾਨੂੰ ਤੁਹਾਨੂੰ ਓਕੇ ਸਾਰੇ ਪੂਰੇ ਠੀਕ ਆ ਠੀਕ ਆ ਇਹ ਵੀ ਠੰਡੀ ਧੀਰੀ ਆ ਇਹ ਕਿੰਨੇ ਕੁ ਦੁੱਧ ਵਾਲੀ ਜੀ ਇਹ 25 ਲੀਟਰ ਦੁੱਧ ਆਊਗੀ ਅੱਛਾ ਹਾਂਜੀ 25 ਕਿਲੋ ਚੁਵਾਈ ਜਾਊਗੀ ਤੇ ਕਿੰਨਾ ਕੁ ਖੜਦੀ ਟਾਈਮ ਅਜੇ ਟਾਈਮ ਇਹ ਖੜੂਗੀ ਕੋਈ ਹਾਂਜੀ 30 ਤਰੀਕ ਦੇ ਦਿਨ ਪੂਰੇ ਜੋ ਦੇ ਅੱਛਾ ਹਾਂਜੀ ਚਲੋ 5-7 ਦਿਨ ਉੱਤੇ ਖੜ ਸਕਦੀ ਆ ਆਹੋ ਆ ਮਹੀਨਾ ਚਲੋ 29 ਦਾ ਵਾ ਇਹ ਤੇ ਜਿਹੜੇ 30 ਆਉਣੀ ਨਹੀਂ ਆ ਹਾਂਜੀ ਹਾਂਜੀ ਤੇ ਕੋਈ ਉਹੀ ਕੋਈ ਦਿਹਾੜੀ ਦਾਂਗੇ ਮਤਲਬ ਇੱਧਰ ਉੱਧਰ ਹੋ ਸਕਦਾ ਠੀਕ ਆ ਹਾਂਜੀ ਮੋਲੇ ਦਾ 65,000 ਕਰਦੇ ਹੋ ਅੱਛਾ ਮਾਨ ਤਾਂ 2,000 ਰੁਪਈਆ ਕਰ ਦਿਓ ਚਲੋ ਕਰ ਦੋਗੇ ਫਿਰ ਇਹ ਚ ਖੁਸ਼ੀ ਸਾਡੀ ਤੇ ਖੁਸ਼ੀ ਖੁਸ਼ੀ ਆ ਇਹ ਮਤਲਬ ਇਹ ਵੀ 62,000 ਦੀ ਦੇ ਦਿਓਗੇ ਠੀਕ ਆ ਤੇ ਬਾਕੀ ਕੋਈ ਵੀਰ ਫੋਨ ਲਾਵੇ ਹਨਾ ਤੇ ਮਾਨ ਤਨ ਮੌਕੇ ਤੇ ਹੋਰ ਹੋ ਜਾਣਗੇ ਠੀਕ ਆ ਬਾਕੀ ਇਹ ਆ ਕਿ ਤਿੰਨੇ ਗੱਭਣਾ ਵਾ ਆਪਣੀਆਂ ਇੱਥੇ ਆਓ ਪਾਸ ਕਰੋ ਜਿਹੜੀ ਪਸੰਦ ਆਉਂਦੀ ਆ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਲੈ ਕੇ ਜਾਓ ਥਾਣੇ ਜਿਹੜੇ ਪਾਸ ਕਰਕੇ ਖੜੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ